ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਜੀ, ਅੰਗਦ ਦੇਵ ਜੀ, ਤੀਜੇ ਗੁਰੂ ਅਮਰਦਾਸ ਜੀ, ਚੌਥੇ ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ ਹਰਗੋਬਿੰਦ ਜੀ, ਸੱਤਵੇਂ ਗੁਰੂ ਹਰ ਰਾਇ ਜੀ, ਅੱਠਵੇਂ ਗੁਰੂ ਹਰਕ੍ਰਿਸ਼ਨ ਜੀ, ਨੌਵੇਂ ਗੁਰੂ ਤੇਗ ਬਹਾਦਰ ਜੀ, ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ, ਦਸਾਂ ਪਾਤਸ਼ਾਹ ਜੋਤ ਗੁਰੂ ਗ੍ਰੰਥ ਸਾਹਿਬ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਥਿਰ ਘਰ ਬੈਸੋ ਹਰ ਜਨ ਪਿਆਰ ਸਤਿਗੁਰੂ ਤੁਮਰੇ ਕਾਜ ਸਵੇਰੇ ਹਰਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੇਜ ਰੱਖੀ ਕਰ ਤਾਰੇ ਪਾਤਸ਼ਾਹ ਵਸ ਕਰ ਦਿਨ ਅੰਮ੍ਰਿਤ ਨਾਮ ਹਮਾਰਾ ਸੁਨੀ ਨਿਰਭਉ ਹੋਏ ਜੋ ਵਿਵਾਨ ਸਾਧ ਸੰਗਤ ਮੇਰੇ ਕਿੰਨੋ ਦਾਨ ਸ਼ਰਨ ਪ੍ਰੇ ਪਰ ਅੰਤਰ ਜਾਮੀ ਨਾਨਕ ਓਟ ਪਰਕ ਪ੍ਰਕੇ ਪ੍ਰਭ ਸੁਆਮੀ। ਇੱਕ ਵਾਰੀ ਨਾ ਇੱਕ ਉਹ ਨਾ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਉਹ ਨਾ ਸਾਰੇ ਜਾਣੇ ਜਾਂਦੇ ਪਏ ਸੀ। ਉਹ ਭਾਈ ਮਰਦਾਨਾ ਜੀ ਨੂੰ ਤੇ ਲੱਗ ਗਈ, ਕਹਿੰਦੇ ਮੈਂ ਪਾਣੀ ਪੀਣਾ ਆ। ਠੀਕ ਆ, ਫਿਰ ਉਹ ਪਹਾੜ ਦੇ ਥੱਲੇ ਬੈਠ ਗਏ। ਇੱਕ ਭਾਈ ਸੀ, ਉਹਦਾ ਨਾਮ ਸੀ ਬਲੀਕਧਾਰੀ, ਉਹਦੇ ਕੋਲ ਚਲ ਗਿਆ, ਕਹਿੰਦੇ ਮੈਨੂੰ ਪਾਣੀ ਦੇ ਤੇ। ਉਹਨੇ ਦਿੱਤਾ ਨਹੀਂ, ਫਿਰ ਗਿਆ ਪਾਣੀ ਦਿੱਤਾ ਨਹੀਂ, ਫਿਰ ਗਿਆ ਪਾਣੀ ਦਿੱਤਾ ਨਹੀਂ। ਫਿਰ ਉਹਨੇ ਨਾ ਉਹਦੇ ਉਹ ਗੁਰੂ ਨਾਨਕ ਦੇਵ ਜੀ ਨੇ ਨਾ ਬਲੀਕਧਾਰੀ ਦਾ ਸਾਰਾ ਪਾਣੀ ਖਿੱਚ ਲਿਆ। ਫਿਰ ਨਾ ਪਤਾ ਕੀ ਹੋਇਆ, ਉਹ ਬਲੀਕਧਾਰੀ ਨੂੰ ਬਹੁਤ ਗੁੱਸਾ ਚੜਿਆ। ਫਿਰ ਨਾ ਪਤਾ ਕੀ ਹੋਇਆ, ਫਿਰ ਉਹਨੇ ਨਾ ਕਿੱਡਾ ਵੱਡਾ ਪੱਥਰ ਚੁੱਕ ਕੇ ਮਾਰਿਆ, ਉਹ ਹੱਥ ਨਾਲ ਪੰਜਾ ਰੋਕਤਾ ਨਾ ਜਦੋਂ। ਫਿਰ ਪਤਾ ਕੀ ਹੋਇਆ, ਫਿਰ ਉਹਨੇ ਨਾ ਉਹ ਕਹਿੰਦੇ ਫਿਰ ਉਹਨੂੰ ਪਤਾ ਲੱਗਾ ਇਹ ਤਾਂ ਮੇਰੀ ਗਲਤੀ ਸੀਗੀ। ਫਿਰ ਉਹਨੇ ਪਤਾ ਕੀ ਕੀਤਾ, ਫਿਰ ਪਤਾ ਕੀ ਹੋਇਆ, ਫਿਰ ਉਹ ਨਾ ਉਹ ਵੀ ਸਿੱਖ ਬਣ ਗਿਆ। ਫਿਰ ਉਹਨੇ ਨਾ ਪ੍ਰਸ਼ਾਦਾ ਦਿੱਤਾ ਸਾਰੇ, ਉਹਨੂੰ ਪਾਣੀ ਵੀ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਲਿਹਾ ਸਤਿ ਸ੍ਰੀ ਅਕਾਲ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਜੀ ਫਤਿਹ ਸਿੰਘ ਜੀ, ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਚੋਲੇ ਹਾਲ ਸਤਿ ਸ੍ਰੀ ਅਕਾਲ।